ਕੱਲ੍ਹ ਸਵੇਰੇ ਪਠਾਨਕੋਟ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਡਾਕੀ ਰੋਡ ਬਾਲਾ ਜੀ ਨਗਰ ਪਠਾਨਕੋਟ ਦੇ ਵਿੱਚ ਕੁਛ ਅਣਪਛਾਤੇ ਅਤੇ ਸ਼ੱਕੀ ਵਿਅਕਤੀਆਂ ਨੇ ਇੱਕ ਹਿਮਾਚਲ ਨੰਬਰ ਦੀ ਇਨੋਵਾ ਗੱਡੀ ਦੇ ਸ਼ੀਸ਼ੇ ਬੰਨ ਤੇ ਉਹਦਾ ਨੁਕਸਾਨ ਕਰਤਾ। ਨਾਲ ਦੇ ਨਾਲ ਉਹਨਾਂ ਨੇ ਜਾਈ ਵਕੂਆ ਦੇ ਉੱਤੇ ਕੁਛ ਧਮਕੀ ਭਰੀਆਂ ਪਰਚੀਆਂ ਉਹ ਸੁੱਟ ਗਈਆਂ। ਇਹ ਜਿਹੜੀ ਪਰਚੀਆਂ ਹੈਗੀਆਂ ਇਹਨਾਂ ਦੇ ਵਿੱਚ ਇਹ ਹਿੰਦੀ ਭਾਸ਼ਾ ਦੇ ਵਿੱਚ ਸੀਗੀਆਂ, ਤਾਂ ਇਹ ਲਿਖਿਆ ਸੀਗਾ ਕਿ ਅਸੀਂ ਕਰੀਬਨ 100 ਬੰਦੇ ਹਿੰਦੁਸਤਾਨ ਦੇ ਵਿੱਚ ਦਾਖਲ ਹੋ ਚੁੱਕੇ ਨੇ, ਉਹਨਾਂ 'ਚੋਂ 30 ਬੰਦੇ ਪਠਾਨਕੋਟ ਦੇ ਵਿੱਚ ਹੈਗੇ ਨੇ। ਸੋ ਅਸੀਂ ਆਉਣ ਵਾਲੇ 5 ਦਿਨਾਂ ਦੇ ਵਿੱਚ ਸਰਕਾਰੀ ਦਫ਼ਤਰ ਸਰਕਾਰੀ ਇਦਾਰਿਆਂ ਦੇ ਉੱਤੇ ਬਲਾਸਟ ਕਰਾਂਗੇ। ਇਹ ਵੀ ਲਿਖਿਆ ਸੀਗਾ ਕਿ ਪੁਲਿਸ ਦੇ ਕੁਛ ਅਫਸਰਸ ਵੀ ਸਾਡੇ ਨਾਲ ਰਲੇ ਹੋਏ ਨੇ, ਤਾਂ ਅਖੀਰ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਉਹਦੇ 'ਤੇ ਲਿਖੇ ਸੀਗੇ। ਸੋ ਲੋਕੈਲਿਟੀ ਦੇ ਜਿਹੜੇ ਵਸਨੀਕ ਹੈ ਜਦੋਂ ਉਹਨਾਂ ਨੇ ਇਹ ਦੇਖਿਆ ਤਾਂ ਉੱਥੇ ਬੜਾ ਦਹਿਸ਼ਤ, ਸਹਿਮ ਔਰ ਡਰ ਦਾ ਮਾਹੌਲ ਪੈਦਾ ਹੋਇਆ, ਪੈਨਿਕ ਕ੍ਰੀਏਟ ਹੋਇਆ ਏਰੀਆ ਦੇ ਵਿੱਚ। ਤਾਂ ਇਹਦੇ ਵਿੱਚ ਪੁਲਿਸ ਨੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਜਿਹਨੇ ਸੂਚਨਾ ਦਿੱਤੀ ਸੀਗੀ ਨਿਤਿਨ ਗੁਪਤਾ, ਉਹਦੇ ਕੋਲੋਂ ਪੁੱਛਗਛ ਕੀਤੀ। ਉਹਦੇ ਮੁਤਾਬਿਕ ਉਹ ਆਪਣੇ ਘਰੇ ਸੀਗਾ, ਕਰੀਬਨ 4:30 ਵਜੇ ਸਵੇਰੇ ਉਹਨੇ ਕੁਛ ਆਵਾਜ਼ ਉਹਨੂੰ ਆਈ, ਤਾਂ ਉਹ ਬਾਹਰ ਬੈਲਕਨੀ ਦੇ ਉੱਤੇ ਟੋਰਚ ਲੈ ਕੇ ਗਿਆ। ਜਦੋਂ ਉਹਨਾਂ ਨੇ ਟੋਰਚ ਔਨ ਕਰਤੀ ਉਹਨੇ ਦੇਖਿਆ ਕਿ ਕੁਛ 4 ਵਿਅਕਤੀ ਉਹ ਗੱਡੀ ਦੇ ਸ਼ੀਸ਼ੇ ਬਣ ਰਹੇ ਸੀਗੇ। ਜਦੋਂ ਉਹਨਾਂ ਦੇ ਉੱਤੇ ਲਾਈਟ ਪੈ ਗਈ ਉਹ ਮੌਕੇ ਤੋਂ ਭੱਜ ਗਏ, ਨਾਲ ਦੇ ਨਾਲ ਜਿਹੜੀ ਪਰਚੀਆਂ ਇਹ ਉੱਥੇ ਜਾਈ ਵਕੂਆ 'ਤੇ ਸੁੱਟਦੀਆਂ। ਸੋ ਇਹ ਇੱਕ ਬੜਾ ਗੰਭੀਰ ਸੈਂਸਿਟਿਵ ਮੈਟਰ ਸੀਗਾ। ਇਹਦੇ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ DIG ਬਾਰਡਰ ਰੇਂਜ ਦੀ ਡਾਇਰੈਕਸ਼ਨ ਦੀ ਕੰਪਲਾਈਂਸ ਦੇ ਤਹਿਤ ਡਿਸਟ੍ਰਿਕਟ ਪੁਲਿਸ ਪਠਾਨਕੋਟ ਇਨ ਐਸੋਸੀਏਸ਼ਨ ਵਿਦ ਰੈਲੀਵੈਂਟ ਏਜੰਸੀਜ਼ ਇਹਦੇ ਵਿੱਚ ਬੜੇ ਸਾਇੰਟਿਫਿਕ ਐਂਡ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਇੰਸੀਡੈਂਟ ਦੀ ਜਿਹੜੀ ਇਨਵੈਸਟੀਗੇਸ਼ਨ ਕਰਨੀ ਸਟਾਰਟ ਕਰਤੀ। ਸੋ ਆਫਟਰ ਅ ਲਾਟ ਆਫ ਹਾਰਡ ਵਰਕ ਇਹਦੇ ਵਿੱਚ ਟੀਮਸ ਇੰਡੀਵਿਜੁਅਲੀ ਉਹ ਚੈੱਕ ਕਰ ਰਹੇ ਸੀਗੇ। ਸੋ ਇਵੈਂਚੁਅਲੀ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਬੰਦਾ ਜਿਹਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਨਿਤਿਨ ਗੁਪਤਾ ਨੇ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨੇ ਆਪ ਹੀ ਜਿਹੜੀ ਗੱਡੀ ਦੇ ਸ਼ੀਸ਼ੇ ਬੰਨਤੇ, ਉਹਨੇ ਆਪ ਹੀ ਜਿਹੜੀ ਹੈ ਪਰਚੀਆਂ ਇਹ ਲਿਖੀਆਂ ਸੀਗੀਆਂ ਉੱਥੇ ਸੁੱਟਤੀਆਂ ਮੌਕੇ 'ਤੇ, ਫਿਰ ਪੁਲਿਸ ਨੂੰ ਇਤਲਾਹ ਕਰਤਾ। ਇਹਦੇ ਵਿੱਚ ਉਹਦਾ ਮੋਟੂ ਇਹ ਸੀਗਾ ਕਿ ਇਹ ਜਿਹੜੀ ਗੱਡੀ ਉੱਥੇ ਸੀਗੀ ਇਹ ਪਿਛਲੇ ਕਰੀਬਨ 2 ਮਹੀਨੇ ਤੋਂ ਉੱਥੇ ਖੜ੍ਹੀ ਸੀਗੀ। ਇਹ ਇੱਕ ਨਰੇਸ਼ ਕੁਮਾਰ ਨਾਮਕ ਦੇ ਵਿਅਕਤੀ ਦੀ ਗੱਡੀ ਹੈਗੀ, ਤਾਂ ਨਿਤਿਨ ਗੁਪਤਾ ਦਾ ਇੱਕ ਸ਼ੋਪ ਉੱਥੇ ਹੈ, ਤਾਂ ਇਸ ਕਰਕੇ ਉਹਨੂੰ ਪ੍ਰੋਬਲਮ ਸੀਗੀ ਕਿ ਸ਼ਾਪ ਦੇ ਮੂਹਰੇ ਉੱਥੇ ਇਸ ਤਰ੍ਹਾਂ ਗੱਡੀ ਕਾਫੀ ਟਾਈਮ ਤੋਂ ਖੜ੍ਹੀ ਸੀਗੀ ਕਿਸੇ ਬੰਦੇ ਦੀ। ਤਾਂ ਇਹਨੇ ਉਸ ਗੱਡੀ ਨੂੰ ਟੋ ਕਰਨ ਲਈ ਇੱਕ ਸਾਜ਼ਿਸ਼ ਰਚੀ ਕਿ ਜੇ ਮੈਂ ਇੱਥੇ ਇਹ ਪਰਚੀਆਂ ਸੁੱਟੂੰਗਾ ਤਾਂ ਮੈਟਰ ਪੂਰਾ ਸੈਂਸੇਸ਼ਨਲਾਈਜ਼ ਹੋਊਗਾ, ਪੁਲਿਸ ਆਜੂਗੀ, ਉਹਨਾਂ ਨੇ ਜਿਹੜੀ ਜਾਂਚ ਦੇ ਤਹਿਤ ਇਸ ਗੱਡੀ ਨੂੰ ਟੋ ਕਰਨਾ, ਐਂਡ ਉਹਦਾ ਜਿਹੜਾ ਮਕਸਦ ਹੈ ਗੱਡੀ ਟੋ ਹੋਣ ਦਾ ਉਹ ਮੁਕੰਮਲ ਹੋਊਗਾ। ਸੋ ਇਸ ਗਿਨੂਨੀ ਸਾਜ਼ਿਸ਼ ਦੇ ਤਹਿਤ ਇਹ ਜਿਹੜਾ ਬੰਦਾ ਹੈ ਨਿਤਿਨ ਗੁਪਤਾ ਉਹਦੇ ਬਰਖਿਲਾਫ FIR ਦਰਜ ਹੋਈ ਹੈ ਐਂਡ ਹੀ ਹੈਜ਼ ਬੀਨ ਅਰੈਸਟਡ ਇਨ ਦਾ ਕੇਸ। ਥੈਂਕ ਯੂ। ਜੈ ਹਿੰਦ।